ਮਿਹਰਬਾਨੀ ਜੀ ਕਾਲਾ ਬਰਾੜ ਸਾਹਿਬ ਦੀਪ ਸਿੰਘ ਵਾਲਾ ਬਹੁਤ ਸਾਰਾ ਪਿਆਰ ਆਸ਼ੀਰਵਾਦ ਭੇਜਦੇ ਨੇ ਔਰ ਮੈਂਬਰ ਸਾਹਿਬ ਵੱਲੋਂ ਬਹੁਤ ਬਹੁਤ ਸਾਰਾ ਪਿਆਰ ਭੇਜਿਆ ਗਿਆ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਸ਼ੁਕਰਗੁਜ਼ਾਰ ਹਾਂ ਜੀ ਤੁਹਾਡੇ ਸਾਰਿਆਂ ਦੇ ਜੋ ਇੰਨਾ ਪਿਆਰ ਦਿੰਦੇ ਹੋ ਇੰਨਾ ਸਤਿਕਾਰ ਦਿੰਦੇ ਹੋ ਬਹੁਤ ਬਹੁਤ ਮਿਹਰਬਾਨੀ ਹਸਨ ਮਾਨਕ ਦੀ ਪੂਰੀ ਟੀਮ ਦੇ ਵੱਲੋਂ ਸ਼ੁਕਰਗੁਜ਼ਾਰ ਹੈ ਕਹਿੰਦੇ ਸੁਰਮਾ ਤੇ ਹਰ ਕੋਈ ਪਾ ਲੈਂਦਾ ਪਰ ਪਾ ਮਟਕਾਉਣਾ ਔਖਾ ਹੈ ਸੁਰਮਾ ਤੇ ਹਰ ਕੋਈ ਪਾ ਲੈਂਦਾ ਪਰ ਪਾ ਮਟਕਾਉਣਾ ਔਖਾ ਏ ਓਏ ਹਾਕਮ ਹਾਕਮ ਤੇ ਹਰ ਕੋਈ ਕੂਕਦਾ ਡਾਢਾ ਹੁਕਮ ਵਜਾਉਣਾ ਔਖਾ ਏ
ਮਖਮਲ ਤੇ ਤਾਂ ਹਰ ਕੋਈ ਸੌ ਜਾਂਦਾ, ਸਿਰਹਾਣਾ ਕੰਡਿਆਂ ਦਾ ਲਾਉਣਾ ਔਖਾ ਹੋਏ। ਗੁਰੂ ਗੋਬਿੰਦ ਨੇ ਵਾਰ ਤੇ ਚਾਰ ਲੋਕੋ ਤੇ ਪੁੱਤ ਇੱਕ ਮਰਵਾਉਣਾ ਔਖਾ ਹੋਏ। ਥਾਪੜਾ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਆਸ਼ੀਰਵਾਦ ਲਿਆ ਅੱਜ ਦੇ ਸਟੇਜ ਦੀ ਸ਼ੁਰੂਆਤ ਕਰੀ ਗਈ। ਇਹ ਅਰਦਾਸ ਬੇਨਤੀ ਕਰਦੇ ਹੋਏ ਕਿ ਅੱਜ ਦਾ ਜਿਹੜਾ ਮੇਲਾ ਹੈ, ਅੱਜ ਦਾ ਜਿਹੜਾ ਸਟੇਜ ਪ੍ਰੋਗਰਾਮ ਚੱਲ ਰਿਹਾ, ਬੜੇ ਅੱਛੇ ਤਰੀਕੇ ਦੇ ਨਾਲ ਔਰ ਸੁੱਖ ਸ਼ਾਂਤੀ ਦੇ ਨਾਲ ਨੇਪਰੇ ਚੜ੍ਹੇ ਔਰ ਬਜ਼ੁਰਗਾਂ ਦੀ ਯਾਦ ਦੇ ਵਿੱਚ ਮੇਲਾ ਹੋ ਰਿਹਾ। ਔਰ ਇਸ ਮੇਲੇ ਦੇ ਵਿੱਚ ਆਈ ਜਿੰਨੀ ਵੀ ਸੰਗਤ ਜੀਆਂ ਨੂੰ ਕਹਿੰਦੇ ਆ, ਔਰ ਹਾਰਦਿਕ ਸਵਾਗਤ ਕਰਦੇ ਹਾਂ ਜੀ। ਜੀਆਂ ਨੂੰ ਕਹਿੰਦੇ ਆ ਸਰਦਾਰ ਫਤਿਹ ਸਰਦਾਰ ਜਗਤਾਰ ਸਿੰਘ ਜੀ ਮਾਨ ਸਾਹਿਬ, ਬਲਾਕ ਪ੍ਰਾਇਮਰੀ ਸਿੱਖਿਆ ਆਫਿਸਰ ਫਰੀਦਕੋਟ, ਔਰ ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ। ਤੇ ਨਾਲ ਦੀ ਨਾਲ ਆਓ ਜੀ ਤਮਾਮ ਦੋਸਤਾਂ ਦੀ ਡਿਮਾਂਡ ਦੇ ਨਾਲ ਇੱਕ ਵਾਰ ਫਿਰ ਹੋਈ ਖੂਬਸੂਰਤ ਆਵਾਜ਼ ਹਸਨ ਮਾਣ ਬਾਈ ਸਮਝ ਆਉਂਦੀ ਹੈ ਜੀ, ਆਪਦੇ ਨਾਂ ਤੇ ਤਾੜੀ ਲਾ ਦਿਓ ਫਿਰ ਮਿਹਰਬਾਨੀ। ਸਮੇਂ ਕੁਛ ਆਪਣੇ ਗੀਤ ਕੁਛ ਮੇਰੇ ਨਾਨਾ ਜੀ ਦੇ ਹਾਜ਼ਰੀ ਲਗਵਾਉਂਗਾ। ਸੁਗੁਪਤਾ ਸਾਊਂਡ ਸੈਲੇ ਖੁਰਦ ਤੋਂ ਤੇ ਸਾਡੇ ਮਨੋਹਰ ਭਾਅ ਜੀ ਬੜਾ ਪਿਆਰ ਕਰਦੇ ਨੇ ਸਾਡੂ ਸਾਹਿਬ, ਥੋੜ੍ਹੀ ਜਿਹੀ ਆਵਾਜ਼ ਖੋਲ ਜੋ, ਹੱਸ ਕਦੋਂ ਪਹਿਲਾਂ ਹੈ ਕਹੇ ਤਾਂ ਤੇਰੇ ਜਿੱਦਾਂ ਬੰਦਾ ਕੋਈ ਹੋਰ ਹੈ ਹੀ ਨਹੀਂ, ਮੈਂ ਹੀ ਹਾਂ ਸਾਰੇ ਕੱਟ 'ਚ ਜਿਉਂਦਾ ਵੱਸਦਾ ਰਹਿ। ਹਾਏ ਹਾਏ ਇਹ ਸੱਚੀ ਸਾਡੂ ਹੈ ਕੱਦ 'ਚ ਜਿੱਥੇ ਯਾਰੀ ਹੋਵੇ ਨਾ ਉੱਥੇ ਪਰਖਣਾ ਨਹੀਂ ਚਾਹੀਦਾ। ਕੋਈ ਬੰਦਾ ਇਸ ਗੱਲ ਨੂੰ ਹੋਰ ਪਾਸੇ ਲੈ ਜੂਗਾ, ਕੋਈ ਹੋਰ ਪਾਸੇ ਲੈ ਜੂਗਾ। ਸੋ ਕਹਿਣ ਦਾ ਮਤਲਬ ਜਿਹਦੇ ਨਾਲ ਠਾਲ ਗਏ ਉਹਨੂੰ ਪਰਖਣਾ ਨਹੀਂ ਚਾਹੀਦਾ, ਉਹਦਾ ਜਿਹੜਾ ਅਸੀਂ ਨਮਕ ਖਾਧਾ ਉਹ ਅਦਾ ਕਰਨਾ ਚਾਹੀਦਾ। ਆਪੇ ਬੂਟਾ ਲਾ ਕੇ ਵੱਢਣਾ ਨਹੀਂ ਚਾਹੀਦਾ ਬਾਈ, ਉਹ ਦਰਸੀਸ ਦਿੰਦਾ, ਉਹਦੀ ਸ਼ਾਮ ਆਣੀ ਚਾਹੀਦੀ ਹੈ। ਨਹੀਂ ਯਾਰ ਭਰਾ ਨੀ ਮੇਰਾ, ਮੈਂ ਫੋਨ ਲਾ ਲੂ ਘਰੇ ਫਿਰ ਰਹੀਏ ਉਹਦੇ ਨਾਲ ਹਮੇਸ਼ਾ ਯਾਰ ਜੀ ਨੂੰ ਕਹਿ ਲਈਏ ਪਿਆਰ ਦਾ ਤਾਂ ਫਿਰ ਅਜੇ 10 ਸਾਲਾਂ ਬਾਅਦ ਮਿਲੀਏ ਤਾਂ ਵੀ ਉਹੀ ਖੁਸ਼ੀ ਉਹੀ ਮੁਹੱਬਤ ਉਹੀ ਰੂਹਦਾਰੀ ਹੋਵੇ ਇੱਕ ਦੂਜੇ ਨਾਲ ਤਾਂ ਫਿਰ ਦਾ ਪਿਆਰ ਦਾ ਰਾਂਝਾ ਗੋਰਖ ਨੂੰ ਉਸਦੇ ਪਿੱਲੇ ਤੇ ਜਾ ਕੇ ਉਹਨੂੰ ਜਵਾਬ ਦਿੰਦਾ, ਕਹਿੰਦਾ ਜੀ ਮੈਂ ਤੁਹਾਡੇ ਵੱਲ ਕਿੰਨੀ ਵਾਰੀ ਆਇਆ, ਤੁਸੀਂ ਮੈਨੂੰ ਮੋੜ ਦਿੰਦੇ ਹੋ। ਮੈਂ ਵੀ ਕਹਿੰਦਾ ਜੋਗੀ ਬਣਨਾ ਚਾਹੁੰਦਾ, ਫਕੀਰ ਬਣਨਾ ਚਾਹੁੰਦਾ,
ਮੇਰੀ ਹੀਰ ਮੇਰਾ ਯਾਰ ਮੇਰੇ ਤੋਂ ਦੂਰ ਹੋ ਗਿਆ। ਉਹ ਕਹਿੰਦਾ ਯਾਰ ਤੂੰ ਇੰਨਾ ਸੋਹਣਾ ਮੁੰਡਾ, ਤੂੰ ਇਹ ਚੀਜ਼ਾਂ ਤੋਂ ਕੀ ਲੈਣਾ? ਕਹਿੰਦਾ ਕਿੱਲੇ ਵਾਲਿਆਂ ਮਿਲਾ ਦੇ ਜੱਟੀ ਹੀਰ ਨੂੰ, ਉਹ ਤੇਰਾ ਕਿਹੜਾ ਮੁੱਲ ਲੱਗਦਾ? ਉਹ ਤੇਰੇ ਕਿੱਲੇ ਤੋਂ ਸੂਰਤ ਦੀਆਂ ਹੀਰ ਦੀ ਪੀੜਾ ਤੋਂ ਕਰ ਲਾਈ।
ਮਿਹਰਬਾਨੀ, ਬਹੁਤ ਸਨਮਾਨ ਸਾਡੇ ਬਰਾੜ ਸਾਹਿਬ ਤੇ ਸਾਡੇ